ਜੀ ਦੋਸਤੋ ਅਸਲਾਮੁਆਲਿਕਮ ਜੀ ਉਮੀਦ ਕਰਨੇ ਆ ਕਿ ਸਭ ਦੋਸਤ ਖੈਰ ਖਰੀਦ ਨਾਲ ਹੋਣਗੇ ਤੇ ਅੱਜ ਅਸੀਂ ਦੋਸਤਾਂ ਵਾਸਤੇ ਵੀਡੀਓ ਬਣਾ ਰਹੇ ਆ ਕਿ ਰੋਮਾਨੀਆ ਦਾ ਵੀਜ਼ਾ ਕਿਸ ਤਰੀਕੇ ਦੇ ਨਾਲ ਲਿਆ ਜਾ ਸਕਦਾ ਔਰ ਉਹਦੇ ਵਾਸਤੇ ਡਾਕੂਮੈਂਟ ਕਿਹੜੇ ਚਾਹੀਦੇ ਨੇ ਔਰ ਉਸ ਨੂੰ ਅਪਲਾਈ ਕਰਨ ਦਾ ਕੀ ਤਰੀਕਾ ਹੈ ਤੇ ਬੜਾ ਮਿਹਰਬਾਨੀ ਕਰਕੇ ਜਿਹੜੇ ਦੋਸਤ ਨਵੇਂ ਨੇ ਸਾਡੇ ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ ਤੋ ਜੀ ਦੋਸਤੋ ਚੱਲਨੇ ਆਪਣੀ ਵੀਡੀਓ ਦੇ ਤਰਫ ਬਿਲਕੁਲ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖਦੇ ਹੋ ਪਏ ਐਪਲੀਕੇਸ਼ਨ ਫਾਰਮ ਹੈ ਆਨਲਾਈਨ ਤੁਸੀਂ ਇਹਨੂੰ ਫਿਲ ਕਰਨਾ ਹੈ ਠੀਕ ਹੈ ਆਨਲਾਈਨ ਤੁਸੀਂ ਇਹਨੂੰ ਫਿਲ ਕਰਨਾ ਹੈ ਔਰ ਤੁਹਾਨੂੰ ਜਿਹੜੇ ਜਿਹੜੇ ਡਾਕੂਮੈਂਟ ਚਾਹੀਦੇ ਨੇ ਬਿਲਕੁਲ ਤੁਹਾਡੇ ਕੋਲ ਨੇ ਤੁਹਾਨੂੰ ਤੁਹਾਡਾ ਪਾਸਪੋਰਟ ਚਾਹੀਦਾ ਹੈ 6 ਮਨਥ ਵੈਲਿਡ ਉਸ ਤੋਂ ਬਾਅਦ ਤੁਹਾਨੂੰ ਹੋਟਲ ਬੁਕਿੰਗ ਚਾਹੀਦੀ ਹੈ ਟਰੈਵਲ ਟਿਕਟ ਚਾਹੀਦੀ ਹੈ ਇਨਵਿਟੇਸ਼ਨ ਲੈਟਰ ਚਾਹੀਦਾ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ ਉਹ ਜਿਹੜੀ ਟਰੈਵਲ ਇੰਸ਼ੋਰੈਂਸ ਮੈਕਸਿਮਮ ਜਿਹੜੀ ਹੈ 50000 ਯੂਰੋ ਤੱਕ ਰੋਦੀ ਵੈਲਿਊ ਹੋਣੀ ਚਾਹੀਦੀ ਹੈ ਠੀਕ ਹੈ ਐਨ ਆਈ ਸੀ ਦੀ ਕਾਪੀ ਚਾਹੀਦੀ ਹੈ ਬਿਲਕੁਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਟੋਟਲ ਜਿੰਨੇ ਵੀ ਡਾਕੂਮੈਂਟ ਨੇ ਬਿਲਕੁਲ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖਦੇ ਹੋ ਪੈਣ ਠੀਕ ਹੈ 80 ਯੂ ਐਸ ਡਾਲਰ ਇਸ ਵੀਜ਼ੇ ਦੀ ਫੀਸ ਹੈ ਠੀਕ ਹੈ 80 ਡਾਲਰ ਫੀਸ ਹੈ ਟੋਟਲ ਜਿਹੜਾ ਵੀਜ਼ਾ ਵੇ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਔਰ ਆਨਲਾਈਨ ਅਪਲਾਈ ਕਰਨ ਦੇ ਬਾਵਜੂਦ ਤੁਸੀਂ ਇਹਨੂੰ ਆਨਲਾਈਨ ਅਪਲਾਈ ਕਰਨ ਤੋਂ ਪਹਿਲੇ ਤੁਸੀਂ ਦੇਖ ਵੀ ਸਕਦੇ ਹੋ ਜਿਸ ਟਾਈਮ ਤੁਸੀਂ ਆਪਣਾ ਅ ਡਾਟਾ ਇਹਦੇ ਵਿੱਚ ਨੋਟ ਕਰਨਾਵੇਂ ਵ్రਾਈਟ ਕਰਨਾ ਲਿਖਣਾ ਉਸ ਟਾਈਮ ਹਰ ਚੀਜ਼ ਤੁਹਾਨੂੰ ਬਿਲਕੁਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਏਗੀ ਕਿ ਕਿੰਨੀ ਫੀਸ ਹੈ ਕੀ ਇਹਦਾ ਸਿਸਟਮ ਹੈ ਠੀਕ ਹੈ ਕੋਈ ਇਤਨਾ ਮੁਸ਼ਕਲ ਨਹੀਂ ਹੈ ਬਿਲਕੁਲ ਤੁਹਾਡੇ ਜਿਹੜੀ ਇਹਦੇ ਤੇ ਕੋਸਟ ਤੁਹਾਡੇ ਜਿਹੜੀ ਇਹਦੇ ਤੇ ਅ ਚਾਰਜਰ ਨੇ ਜਿਹੜਾ ਤੁਹਾਡਾ ਖਰਚਾ ਹੋਵੇ ਬਿਲਕੁਲ ਮਨਮਕੂਲ ਤੇ ਮناسب ਆ ਠੀਕ ਹੈ 6 ਮਹੀਨੇ ਤੁਹਾਡਾ ਪਾਸਪੋਰਟ ਵੈਲਿਡ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਹਾਡੇ ਕੋਲ ਹੋਟਲ ਬੁਕਿੰਗ ਹੋਣੀ ਚਾਹੀਦੀ ਹੈ ਟਰੈਵਲ ਟਿਕਟ ਹੋਣੀ ਚਾਹੀਦੀ ਹੈ ਰਿਟਰਨ ਉਸ ਤੋਂ ਬਾਅਦ ਚਾਰ ਵਾਈਟ ਬੈਕਗ੍ਰਾਉਂਡ ਦੀਆਂ ਤਸਵੀਰਾਂ ਪਾਸਪੋਰਟ ਸਾਈਜ਼ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਔਰ ਇਸ ਨੂੰ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਠੀਕ ਹੈ ਅਗਰ ਵਿੱਚੋ ਕੋਈ ਚੀਜ਼ ਮਿਸਟੈਕ ਵੀ ਹੋ ਜਾਂਦੀ ਹੈ ਤੇ ਤੁਹਾਡੇ ਬਿਲਕੁਲ ਅੱਖਾਂ ਦੇ ਸਾਹਮਣੇ ਸਕਰੀਨ ਦੇ ਉੱਤੇ ਤੁਸੀਂ ਵੇਖਦੇ ਹੋ ਪਏ ਜਿਹੜੇ ਜਿਹੜੇ ਡਾਕੂਮੈਂਟ ਚਾਹੀਦੇ ਨੇ ਡਾਕੂਮੈਂਟ ਸਿਰਫ ਇਸ ਵਾਸਤੇ ਵਿੱਚ ਮੈਂਸ਼ਨ ਕਰੀ ਦੇਣਾ ਕਿ ਕਈ ਦੋਸਤ ਨੇ ਉਹਨਾਂ ਨੂੰ ਨਹੀਂ ਸਮਝ ਲੱਗਦੀ ਲੇਕਿਨ ਇਹ ਵੇ ਕਿ ਉਹ ਵੀਡੀਓ ਨੂੰ ਚਲਾ ਕੇ ਉਤੋਂ ਵੀਡੀਓ ਨੂੰ ਨੋਟ ਕਰ ਸਕਦੇ ਨੇ ਕਿ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਠੀਕ ਹੈ ਡਾਕੂਮੈਂਟ ਇਤਨੇ ਮੁਸ਼ਕਲ ਕੋਈ ਨਹੀਂ ਆ ਇਤਨੇ ਬਹੁਤ ਜ਼ਿਆਦਾ ਕੋਈ ਨਹੀਂ ਬਿਲਕੁਲ ਤੁਸੀਂ ਸਕਰੀਨ ਦੇ ਉੱਤੇ ਦੇਖਦੇ ਹੋ ਪਏ ਠੀਕ ਹੈ ਕਿਉਂਕਿ ਇਹ ਯੂਰਪ ਦੀ ਕੰਟਰੀ ਹੈ ਲੇਕਿਨ ਸ਼ਨਜਨ ਦੇ ਵਿੱਚ ਨਹੀਂ ਠੀਕ ਹੈ ਕੰਟਰੀ ਯੂਰਪ ਦੀ ਹੈ ਲੇਕਿਨ ਸ਼ਨਜਨ ਦੇ ਵਿੱਚ ਨਹੀਂ ਹੈ ਲੇਕਿਨ ਉੱਥੇ ਵੀ ਅਗਰ ਤੁਸੀਂ ਆ ਜਾਂਦੇ ਹੋ ਰូមਾਨੀਆ ਤੁਸੀਂ ਪਹੁੰਚ ਜਾਂਦੇ ਹੋ ਉੱਥੇ ਤੁਹਾਨੂੰ ਕੰਮ ਮਿਲ ਜਾਂਦਾ ਹੈ ਕੰਮ ਦਾ ਕੰਟਰੈਕਟ ਮਿਲ ਜਾਂਦਾ ਹੈ ਤੇ ਉੱਥੇ ਵੀ ਆਰਾਮ ਦੇ ਨਾਲ ਤੁਸੀਂ 600 650 ਡਾਲਰ ਯੂਰੋ ਮਹੀਨਾ ਦਾ ਕਮਾ ਸਕਦੇ ਹੋ 600 ਤੋਂ ਲਾ ਕੇ 650 ਤੱਕ ਦੇ ਯੂਰੋ ਤੁਸੀਂ ਮਹੀਨਾ ਦਾ ਕਮਾ ਸਕਦੇ ਹੋ ਠੀਕ ਹੈ ਉਦੇ ਵਿੱਚ ਤੁਹਾਡਾ ਆਪਣਾ ਖਰਚਾ ਵੀ ਆਏਗਾ ਉਸ ਦੇ ਵਿੱਚ ਤੁਸੀਂ ਆਪਣਾ ਤੁਹਾਡਾ ਜਿਹੜਾ ਅਕਮੋਡੇਸ਼ਨ ਦਾ ਵੀ ਆਏਗਾ ਠੀਕ ਬਰਕਾ ਫੋਦੇ ਬਾਵਜੂਦ ਵੀ ਟੈਲੀਫੋਨ ਨੰਬਰ ਅੰਬੈਸੀ ਦਾ ਐਡਰੈਸ ਡਾਕੂਮੈਂਟ ਆਲ ਡਾਕੂਮੈਂਟ ਬਿਲਕੁਲ ਤੁਸੀਂ ਆਪਣੀ ਸਕਰੀਨ ਤੇ ਵੇਖਦੇ ਹੋਵੇ ਠੀਕ ਹੈ ਅੰਬੈਸੀ 'ਚੋ ਕਾਲ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਇਤਨਾ ਲੰਬਾ ਚੌੜਾ ਦਾ ਪ੍ਰੋਸੈਸ ਟਾਈਮ ਕੋਈ ਨਹੀਂ ਠੀਕ ਹੈ ਲੇਕਿਨ ਆਪੇ ਕਿ ਆ ਰੋਜ਼ਗਾਰ ਵਾਸਤੇ ਬਹੁਤ ਹੀ ਅੱਛਾ ਠੀਕ ਹੈ ਰੋਜ਼ਗਾਰ ਵਾਸਤੇ ਬਹੁਤ ਹੀ ਅੱਛਾ ਹੈ ਲੇਕਿਨ ਅਗਰ ਤੁਸੀਂ ਕਿਸੇ ਏਜੰਸੀ ਦੇ ਥਰੂ ਕਰਵਾਉਂਦੇ ਹੋ ਕਿਸੇ ਏਜੰਡ ਦੇ ਥਰੂ ਕਰਵਾਉਂਦੇ ਹੋ ਤੇ ਕੋਈ ਤੁਹਾਡੇ ਕੋਲੋਂ 10 ਲੱਖ ਲੈ ਰਿਹਾ ਕੋ 8 ਲੱਖ ਮੰਗਦਾ ਪਿਆ ਕੋ 14 ਲੱਖ ਮੰਗਦਾ ਪਿਆ ਤੇ ਇਹਦੇ ਨਾਲੋਂ ਬੈਸਟ ਹੈ ਤੁਸੀਂ ਬਿਜਾਤੇ ਖੁਦ ਨੂੰ ਅਪਲਾਈ ਕਰੋ ਬਹੁਤ ਹੀ ਈਜ਼ੀ ਹੈ ਇਹਦੇ ਨਾਲ ਹੀ ਦੋਈ ਇਜਾਜ਼ਤ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ Never miss an update.